ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਦੇ ਸ਼ਰਾਬ ਕੋਟਾਲੇ ਸੰਬੰਧੀ ਤਿਹਾਰ ਜੇਲ੍ਹ ਦੇ ਵਿੱਚ ਜਾਣਕਾਰਨ ਪਾਰਟੀ ਦੀ ਪੰਜਾਬ ਦੇ ਵਿੱਚ ਵੀ ਦੱਸੇ ਕਿ ਹਾਲਤ ਦਿਨ ਬਰ ਦਿਨ ਪਤਲੀ ਹੁੰਦੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਚੋਣਾਂ ਦੇ ਲਈ ਉਮੀਦਵਾਰਾਂ ਨੂੰ ਲੱਭਣਾ ਵੀ ਹੁਣ ਮੁਸ਼ਕਲ ਹੋ ਚੁੱਕਾ ਹੈ ਅਤੇ ਆਪ ਨੂੰ ਜੋ ਹੈ ਬਾਹਰਲੀਆਂ ਪਾਰਟੀਆਂ ਤੋਂ ਲਿਆਏ ਆਗੂਆਂ ਨੂੰ ਉਮੀਦਵਾਰੀ ਦੇਣੀ ਪੈ ਰਹੀ ਹੈ ਦਰਸਲ ਆਮ ਆਦਮੀ ਪਾਰਟੀ ਜੋ ਹੈ ਅੱਜ ਲੋਕ ਸਭਾ ਸੀਟ ਜਲੰਧਰ ਅਤੇ ਲੁਧਿਆਣਾ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ ਤੇ ਹੁਣ ਤੱਕ ਪੰਜਾਬ ਦੇ ਵਿੱਚ 9 ਸੀਟਾਂ ਤੇ ਆਪਣੇ ਉਮੀਦਵਾਰ ਨਾਮਾ ਦਾ ਐਲਾਨ ਜੋ ਹੈ ਆਪ ਪਾਰਟੀ ਕਰ ਚੁੱਕੀ ਹੈ ਹਾਲਾਂਕਿ ਜਲੰਧਰ ਤੋਂ ਪਹਿਲਾਂ ਪਾਰਟੀ ਨੇ ਜੋ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਜੋ ਐਲਾਨਿਆ ਸੀ ਪਰ ਉਹਨਾਂ ਦੇ ਪਾਰਟੀ ਛੱਡਣ ਤੋਂ ਬਾਅਦ ਇਸ ਸੀਟੋਂ ਪਾਰਟੀ ਨਵਾਂ ਉਮੀਦਵਾਰ ਐਲਾਨੇਗੀ ਤੇ ਜਿਸ ਉਮੀਦਵਾਰ ਦਾ ਨਾਮ ਜੋ ਹੈ ਅੱਜ ਪਾਰਟੀ ਐਲਾਨੇਗੀ ਉਹ ਵੀ ਬਾਹਲਲੀ ਪਾਰਟੀ ਤੋਂ ਹੀ ਲਿਆਂਦਾ ਕੋਈ ਆਗੂ ਹੈ ਜਿਹਾ ਤੁਨੁ ਅਨੁਸਾਰ ਹੈ ਕਿ ਲਗਾਤਾਰ ਜੋ ਹੈ ਹੁਣ ਜਲੰਧਰ ਤੇ ਲੁਧਿਆਣਾ ਸੀਟ ਨੂੰ ਲੈ ਕੇ ਜਦੋ ਜਹਿਦ ਕਰ ਰਹੀ ਆਮ ਆਦਮੀ ਪਾਰਟੀ ਤੇ ਅੱਜ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਸੀਗਾ ਕਿ ਅੱਜ ਜੋ ਹੈ ਐਲਾਨ ਕੀਤਾ ਜਾਵੇਗਾ ਇਹਨਾਂ ਦੋਵਾਂ ਸੀਟਾਂ ਉਮੀਦਵਾਰਾਂ ਦਾ ਸੋਹਣ ਦੇਖਣਾ ਹੋਵੇਗਾ ਕਿ ਕਿਸ ਸਮੇਂ ਜੋ ਹੈ ਮੁੱਖ ਮੰਤਰੀ ਮਾਂ ਟਵੀਟ ਕਰਦੇ ਨੇ ਹਾਲਾਂਕਿ ਕੁਝ ਹੀ ਸਮੇਂ ਦੇ ਵਿੱਚ ਜੋ ਹੈ ਇਹ ਫੈਸਲਾ ਜੋ ਹੈ ਸਾਰਿਆਂ ਦੇ ਸਾਹਮਣੇ ਆ ਸਕਦਾ ਹੈ ਕੁਝ ਹੀ ਸਮੇਂ ਦੇ ਵਿੱਚ ਜੋ ਇਹ ਮੁੱਖ ਮੰਤਰੀ ਮਾਂ ਟਵੀਟ ਕਰ ਸਕਦੇ ਨੇ ਸੋ ਕਿ ਕੁਝ ਉਹਨਾਂ ਦਾ ਫੈਸਲਾ ਹੋਵੇਗਾ ਉਹ ਵੀ ਜ਼ਰੂਰ ਦੇਖਣਾ ਹੋਵੇਗਾ ਲੇਕਿਨ ਜਦੋਂ ਜਿਹੜਾ ਜੋ ਹੈ ਉਹ ਬਹੁਤ ਹੀ ਜ਼ਿਆਦਾ ਕੀਤੀ ਜਾ ਰਹੀ ਹੈ ਪਾਰਟੀ ਦੇ ਵੱਲੋਂ ਸੋ ਦਰਸਲ ਦੱਸ ਹੈ ਕਿ ਬੀਤੇ ਦਿਨੀ ਪਵਨ ਟੀਨੂ ਦੇ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਇਹ ਪੱਕਾ ਹੋ ਗਿਆ ਸੀ ਕਿ ਆਮ ਆਦਮੀ ਪਾਰਟੀ ਹੁਣ ਪਵਨ ਟੀਨੂ ਨੂੰ ਹੀ ਜਲੰਧਰ ਤੋਂ ਮੈਦਾਨ ਦੇ ਵਿੱਚ उतਾਰੇਗੀ ਪਰ ਹੁਣ ਲੁਧਿਆਣਾ ਨੂੰ ਲੈ ਕੇ ਵੀ ਜੋ ਹੈ ਪੇਜ ਫਸਿਆ ਹੋਇਆ ਹੈ ਦੱਸੇ ਕਿ ਲੁਧਿਆਣਾ ਲੋਕ ਸਭਾ ਸੀਟ ਦੇ ਲਈ ਜੋ ਹੈ ਪਾਰਟੀ ਦੀ ਟਿਕਟ ਉਤੇ ਚੋਣ ਲੜਨ ਤੋਂ ਪਾਰਟੀ ਦੇ ਮੌਜੂਦਾ ਕਈ ਵਿਧਾਇਕਾਂ ਵੱਲੋਂ ਸਪਸ਼ਟ ਇਨਕਾਰ ਕੀਤੇ ਜਾਂਦੇ ਪਾਰਟੀ ਵੱਲੋਂ ਮਜਬੂਰੀ ਵਜੋਂ ਲੁਧਿਆਣਾ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਜੋ ਹੈ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਇਸ ਦਾ ਰਸਮੀ ਐਲਾਨ ਵੀ ਹੋ ਜਾਵੇਗਾ ਪਰ ਇਹ ਦੱਸਦੇ ਕਿ ਵਿਧਾਇਕ ਪੱਪੀ ਦੇ ਵੱਲੋਂ ਜੋ ਹੈ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਚੋਣ ਲੜਨ ਦੀ ਤਿਆਰੀ ਕਰਨ ਦਾ ਸਾਰਾ ਕਰ ਦਿੱਤਾ ਗਿਆ ਤੇ ਹੁਣ ਵਿਦਾਇਕ ਪੱਪੀ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੀ ਸੂਰਤ ਦੇ ਵਿੱਚ ਲੁਧਿਆਣਾ ਸੀਟ ਤੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਵਿੱਚ ਫਸਵਾ ਮੁਕਾਬਲਾ ਹੋਣ ਦੀ ਸੰਭਾਵਨਾ ਵਧ ਗਈ ਹੈ ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਆਪ ਨੂੰ ਜਿਹੜਾ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਤਾਂ 2014 ਵਿੱਚ ਜ਼ਰੂਰ ਆਪ ਜੋ ਹੈ ਲੁਧਿਆਣਾ ਵਿੱਚ ਦੂਜੇ ਨੰਬਰ ਤੇ ਆਈ ਸੀ ਲੇਕਿਨ 2019 ਦੇ ਵਿੱਚ ਜਿਸ ਤਰ੍ਹਾਂ ਵੱਡੀ ਹਾਰ ਮਿਲੀ ਤਾਂ ਉਸ ਤੋਂ ਬਾਅਦ ਉਹਨਾਂ 2024 ਦੇ ਵਿੱਚ ਵੀ ਜ਼ਰੂਰ ਆਪ ਪਾਰਟੀ ਨੂੰ ਜਏ ਵੱਡਾ ਚਿਹਰਾ ਉਤਾਰਨ ਦੀ ਲੋੜ ਸੀ ਲੇਕਿਨ ਜਿਸ ਤਰ੍ਹਾਂ ਜੋ ਹੈ ਕੇਂਦਰੀ ਲੁਧਿਆਣਾ ਦੇ ਵਿਧਾਇਕ ਨੂੰ ਉਤਾਰਿਆ ਗਿਆ ਤਾਂ ਇੱਥੇ ਕਿਤੇ ਨਾ ਕਿਤੇ ਸੰਭਾਵਨਾਵਾਂ ਜੋ ਹੈ ਕੱਟ ਗਈਆਂ ਨੇ ਸੋ ਉਸ ਤੋਂ ਬਾਅਦ ਦੱਸ ਕਿ ਇਸ ਵਾਰ ਆਪ ਵਿਧਾਇਕ ਪੱਪੀ ਤੇ ਦਾਅ ਖੇਡਿਆ ਗਿਆ ਪਰ ਉਹਤੇ ਹੀ ਵਿਧਾਇਕ ਪੱਪੀ ਨੋਟੀਫਿਕੇਟ ਦੇਣ ਕਾਰਨ ਜੋ ਹੈ ਆਪ ਦੇ ਪੁਰਾਣੇ ਵਲੰਟਰੀਆ ਦੇ ਵਿੱਚ ਕਿਤੇ ਨਾ ਕਿਤੇ ਅੰਦਰ ਖਾਤੇ ਰੋਸ ਪਾਇਆ ਜਾ ਰਿਹਾ ਸੋ ਜਿਸ ਦਾ ਖਾਮਿਆਜ਼ਾ ਜੋ ਹੈ ਹੁਣ ਪੱਪੀ ਵਿਧਾਇਕ ਨੂੰ ਜੋ ਹੈ ਚੋਣਾਂ ਦੇ ਵਿੱਚ ਭੂਗਤਣਾ ਪੈ ਸਕਦਾ ਹੈ ਸੋ ਇਸ ਤੋਂ ਪਹਿਲਾਂ ਤੁਹਾਨੂੰ ਦੱਸੇ ਕਿ ਆਪ ਵੱਲੋਂ ਸ਼ਹਿਰ ਦੇ ਇੱਕ ਪ੍ਰਸਿੱਧ ਸਮਾਜ ਸੇਵਕ ਅਨਮੋਲ ਕਵਾਤਰਾ ਨੂੰ ਟਿਕਟ ਦੇਣ ਦੀ ਵਿਚਾਰਸਾ ਜ਼ਰਾ ਤੇ ਸੀ ਲੇਕਿਨ ਫਿਰ ਜੋ ਹੈ ਉਸ ਤੋਂ ਬਾਅਦ ਦੋ ਵਿਧਾਇਕਾ ਮਦਨ ਲਾਲ ਬੱਗਾ ਤੇ ਕੁਲਵੰਤ ਸਿੰਘ ਸਿੱਧੂ ਦਾ ਨਾਮ ਵੀ ਜੜਾ ਹੈ ਸਾਹਮਣੇ ਆਇਆ ਉਸ ਦੀ ਵੀ ਕਾਫੀ ਚਰਚਾ ਹੋਈ ਲੇਕਿਨ ਉਸ ਤੋਂ ਬਾਅਦ ਇੱਕ ਕਾਂਗਰਸ ਦੇ ਸਾਬਕਾ ਵਿਧਾਇਕ ਅਜਸਦਾ ਸ਼ਹਿਰ ਦੇ ਵਿੱਚ ਇੱਕ ਵੱਡਾ ਹੋਟਲ ਹੈ ਤੇ ਪਾਰਟੀ ਦੇ ਪੁਰਾਣੇ ਆਗੂ ਜੋ ਸ਼ਹਿਰ ਦੇ ਹਲਕਾ ਪੱਛਮੀ ਤੋਂ ਵਿਧਾਨ ਸਭਾ ਦੀ ਚੋਣ ਲੜ ਕੇ ਹਾਰ ਕਾਇ ਸੋਦਾ ਸੀ ਕਿ ਉਹਨਾਂ ਨੂੰ ਵੀ ਟਿਕਟ ਦੇਣ ਦੇ ਚਰਚੇ ਚੱਲੇ ਸੀ ਪਰ ਅੰਤ ਵਿੱਚ ਪਾਰਟੀ ਵੱਲੋਂ ਸ਼ੋਕ ਪ੍ਰੈਸ਼ਰ ਪੱਪੀ ਨੂੰ ਟਿਕਟ ਦੇ ਦਿਆਂ ਪੱਕੀਆਂ ਖਬਰਾਂ ਨੇ ਚਰਚਾਵਾਂ ਤੇ ਵਿਰਾਮ ਲਗਾ ਦਿੱਤਾ ਹੈ ਤੇ ਹੁਣ ਕੁਝ ਹੀ ਸਮੇਂ ਦੇ ਵਿੱਚ ਕਹਿ ਸਕਦਾ ਹਾਂ ਕਿ ਇਸ ਨਾਮ ਦਾ ਐਲਾਨ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਕੀਤਾ ਜਾ ਸਕਦਾ ਹੈ ਤੇ ਉਧਰ ਦੱਸੇ ਕਿ ਕਾਂਗਰਸ ਤੋਂ ਭਾਰਤ ਪੂਸ਼ਣ ਆਸ਼ੋਦੀ ਦਾਅਵੇਦਾਰੀ ਜੋ ਹੈ ਮਜ਼ਬੂਤ ਨਜ਼ਰ ਆ ਰਹੀ ਹੈ ਤੇ ਮੌਜੂਦਾ ਸੰਸਦ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵੱਲੋਂ ਲੁਧਿਆਣਾ ਤੋਂ ਚੋਣ ਲੜਨ ਤੇ ਜਿਹੜਾ ਕਾਂਗਰਸ ਦੇ ਮੌਜੂਦਾ ਸੰਸਦ ਮਨੀਸ਼ ਤਿਵਾੜੀ ਦੇ ਚੰਡੀ ਤੋ ਚੋਣ ਲੜਨ ਕਾਰਨ ਜੋ ਹੈ ਸ਼ਹਿਰ ਦੇ ਹਲਕਾ ਪੱਛਮੀ ਦੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਪੂਜਨ ਆਸ਼ੂਦੇਲ ਲੁਧਿਆਣਾ ਸੀਟ ਲਈ ਦਵੇਦਾਰੀ ਜੋ ਹੈ ਉਹ ਮਜ਼ਬੂਤ ਮੰਨੀ ਜਾ ਰਹੀ ਹੈ ਤੇ ਉਸ ਤੋਂ ਤਰਾ ਮਤਾਵੇ ਕ ਭਾਰਤ ਪੂਜਨ ਆਸ਼ੂਨ ਜੋ ਕਾਂਗਰਸ ਦੀ ਟਿਕਟ ਮਿਲਣਾ ਵੀ ਲਗਭਗ ਜੋ ਹੈ ਉਹ ਤੈ ਮੰਨਿਆ ਜਾ ਰਿਹਾ ਲੇਕਿਨ ਜੇਕਰ ਦੇਖਿਆ ਸੀ ਆਮ ਆਦਮੀ ਪਾਰਟੀ ਨੂੰ ਤਾਂ ਆਮ ਆਦਮੀ ਪਾਰਟੀ ਜੋ ਹੈ ਇਸ ਵੇਲੇ ਕਾਫੀ ਜਦੋ ਜਹਿਦ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਲੱਗੀ ਹੋਈ ਸੀ ਕਿਸ ਤਰ੍ਹਾਂ ਜੋ ਹੈ ਜਲੰਧਰ ਤੇ ਲੁਧਿਆਣਾ ਦੇ ਵਿੱਚ ਕੇਸ ਉਮੀਦਵਾਰ ਨੂੰ ਉਤਾਰਿਆ ਜਾਵੇ ਸੋਹਣ ਜੋ ਹੈ ਅੱਜ ਜੋ ਉਸਤੇ ਫੈਸਲਾ ਹੋਵੇਗਾ ਜਦੋਂ ਮੁੱਖ ਮੰਤਰੀ ਮਾਨ ਐਲਾਨ ਕਰਨਗੇ ਲੇਕਨ ਦੱਸੇ ਕਿ ਐਲਾਨ ਤੋਂ ਪਹਿਲਾਂ ਹੀ ਜੋ ਖਬਰਾਂ ਆ ਸੀਗੀਆਂ ਉਹ ਤੈ ਹੋ ਚੁੱਕੀਆਂ ਨੇ ਇੱਕ ਤਾਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਜੋ ਹੈ ਉੱਥੇ ਲੁਧਿਆਣਾ ਤੋਂ ਉਤਾਰਿਆ ਜਾ ਰਿਹਾ ਇਹ ਤੈ ਹੋ ਚੁੱਕਾ ਹੈ ਲਗਭਗ ਤੇ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਜਲੰਧਰ ਤੋਂ ਵੀ ਪਵਨ ਟਿੰਨੂ ਨੂੰ ਤੈ ਮੰਨਿਆ ਜਾ ਰਿਹਾ ਤੇ ਇਹੀ ਨਾਵਾਂ ਦਾ ਐਲਾਨ ਜੋ ਹੈ ਹੁਣ ਕੁਝ ਹੀ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕਰ ਸਕਦੀ ਹੈ ਤੁਹਾਨੂੰ ਦੱਸੇ ਕਿ ਇਹ ਵੱਡੇ ਨਾਮ ਨੇ ਸੋ ਹੁਣ ਇਨਾਂ ਤੇ ਦਾ ਜੋ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਖੇਡਿਆ ਜਾਵੇਗਾ ਹੁਣ ਮੁੱਖ ਮੰਤਰੀ ማን ਕਦੋਂ ਐਲਾਨ ਕਰ ਦੇਣੇ ਹਾਲਾਂਕਿ ਕੁਝ ਚੇਂਜਸ ਵੀ ਹੋ ਸਕਦੇ ਨੇ ਲੇਕਿਨ ਲਗਭਗ ਜੋ ਹੈ ਇਹੀ ਨਾਵਾਂ ਤੇ ਚਰਚਾ ਹੋਈ ਹੈ ਤੇ ਇਹੀ ਨਾਮ ਜੋ ਹੈ ਉਹਨ ਕੁਝ ਸਮੇਂ ਦੇ ਵਿੱਚ ਜੋ ਹੈ ਮੁੱਖ ਮੰਤਰੀ ਮਾਨ ਐਲਾਨ ਕਰ ਸਕਦੇ ਨੇ ਸੋ ਕਿ ਕੁਝ ਹੋਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦ ਇਹ ਚਿਹਰੇ ਜੋ ਹੈ ਲੋਕਾਂ ਦੇ ਵਿੱਚ ਵਿਚਰਨਗੇ ਉਸ ਵੇਲੇ ਕਿੰਨਾ ਕੁ ਲੋਕਾਂ ਦੇ ਵੱਲੋਂ ਹੰਗਾਰਾ ਦਿੱਤਾ ਜਾਂਦਾ ਇਹਨਾਂ ਵੱਡੇ ਲੀਡਰਾਂ ਨੂੰ ਉਹ ਜ਼ਰੂਰ ਦੇਖਣ ਨਿਉ ਹੋਵੇਗਾ ਫਿਲਹਾਲ ਦੇ ਲਈ ਦੀ ਉਹ ਇਜਾਜ਼ਤ ਤੇ ਲੇਕਿਨ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਦੇ ਸ਼ਰਾਬ ਕੋਟਾਲੇ ਸੰਬੰਧੀ ਤਿਹਾਰ ਜੇਲ੍ਹ ਦੇ ਵਿੱਚ ਜਾਣਕਾਰਨ ਪਾਰਟੀ ਦੀ ਪੰਜਾਬ ਦੇ ਵਿੱਚ ਵੀ ਦੱਸੇ ਕਿ ਹਾਲਤ ਦਿਨ ਬਰ ਦਿਨ ਪਤਲੀ ਹੁੰਦੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਚੋਣਾਂ ਦੇ ਲਈ ਉਮੀਦਵਾਰਾਂ ਨੂੰ ਲੱਭਣਾ ਵੀ ਹੁਣ ਮੁਸ਼ਕਲ ਹੋ ਚੁੱਕਾ ਹੈ ਤੇ ਆਪ ਨੂੰ ਜੋ ਹੈ ਬਾਹਰਲੀਆਂ ਪਾਰਟੀਆਂ ਤੋਂ ਲਿਆਏ ਆਗੂਆਂ ਨੂੰ ਉਮੀਦਵਾਰੀ ਦੇਣੀ ਪੈ ਰਹੀ ਹੈ ਦਰਸਲ ਆਮ ਆਦਮੀ ਪਾਰਟੀ ਜੋ ਹੈ ਅੱਜ ਲੋਕ ਸਭਾ ਸੀਟ ਜਲੰਧਰ ਅਤੇ ਲੁਧਿਆਣਾ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ ਤੇ ਹੁਣ ਤੱਕ ਪੰਜਾਬ ਦੇ ਵਿੱਚ 9 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਨਾਮਾ ਦਾ ਐਲਾਨ ਜੋ ਹੈ ਆਪ ਪਾਰਟੀ ਕਰ ਚੁੱਕੀ ਹੈ ਹਾਲਾਂਕਿ ਜਲੰਧਰ ਤੋਂ ਪਹਿਲਾਂ ਪਾਰਟੀ ਨੇ ਜੋ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਜੋ ਐਲਾਨਿਆ ਸੀ ਪਰ ਉਹਨਾਂ ਦੇ ਪਾਰਟੀ ਛੱਡਣ ਤੋਂ ਬਾਅਦ ਇਸ ਸੀਟੋਂ ਪਾਰਟੀ ਨਵਾਂ ਉਮੀਦਵਾਰ ਲਾਣੇਗੀ ਤੇ ਜਿਸ ਉਮੀਦਵਾਰ ਦਾ ਨਾਮ ਜੋ ਹੈ ਅੱਜ ਪਾਰਟੀ ਐਲਾਨਨੇਗੀ ਉਹ ਵੀ ਬਾਹਰਲੀ ਪਾਰਟੀ ਤੋਂ ਹੀ ਲਿਆਂਦਾ ਕੋਈ ਆਗੂ ਹੈ ਜਿहां ਤੁਹਾਨੂੰ ਦੱਸੇ ਕਿ ਲਗਾਤਾਰ ਜੋ ਹੈ ਹੁਣ ਜਲੰਧਰ ਤੇ ਲੁਧਿਆਣਾ ਸੀਟ ਨੂੰ ਲੈ ਕੇ ਜਦੋਜਹਿਦ ਕਰ ਰਹੀ ਆਮ ਆਦਮੀ ਪਾਰਟੀ ਤੇ ਅੱਜ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਸੀਗਾ ਕਿ ਅੱਜ ਜੋ ਹੈ ਐਲਾਨ ਕੀਤਾ ਜਾਵੇਗਾ ਇਹਨਾਂ ਦੋਵਾਂ ਸੀਟਾਂ ਦੇ ਉਮੀਦਵਾਰਾਂ ਦਾ ਸੋਹਣ ਦੇਖਣਾ ਹੋਵੇਗਾ ਕਿ ਕਿਸ ਸਮੇਂ ਜੋ ਹੈ ਮੁੱਖ ਮੰਤਰੀ ਮਾਂ ਟਵੀਟ ਕਰਦੇ ਨੇ ਹਾਲਾਂਕਿ ਕੁਝ ਹੀ ਸਮੇਂ ਦੇ ਵਿੱਚ ਜੋ ਹੈ ਇਹ ਫੈਸਲਾ ਜੋ ਹੈ ਸਾਰਿਆਂ ਦੇ ਸਾਹਮਣੇ ਆ ਸਕਦਾ ਹੈ ਕੁਝ ਹੀ ਸਮੇਂ ਦੇ ਵਿੱਚ ਜੋ ਇਹ ਮੁੱਖ ਮੰਤਰੀ ਮਾਂ ਟਵੀਟ ਕਰ ਸਕਦੇ ਨੇ ਸੋ ਕਿ ਕੁਝ ਉਹਨਾਂ ਦਾ ਫੈਸਲਾ ਹੋਵੇਗਾ ਉਹ ਵੀ ਜ਼ਰੂਰ ਦੇਖਣਾ ਹੋਵੇਗਾ ਲੇਕਿਨ ਜਦੋਂ ਜਿਹੜਾ ਜੋ ਹੈ ਉਹ ਬਹੁਤ ਹੀ ਜ਼ਿਆਦਾ ਕੀਤੀ ਜਾ ਰਹੀ ਹੈ ਪਾਰਟੀ ਦੇ ਵੱਲੋਂ ਸੋ ਦਰਸਲ ਦੱਸ ਹੈ ਕਿ ਬੀਤੇ ਦਿਨੀ ਪਵਨ ਟੀਨੂ ਦੇ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਇਹ ਪੱਕਾ ਹੋ ਗਿਆ ਸੀ ਕਿ ਆਮ ਆਦਮੀ ਪਾਰਟੀ ਹੁਣ ਪਵਨ ਟੀਨੂ ਨੂੰ ਹੀ ਜਲੰਧਰ ਤੋਂ ਮੈਦਾਨ ਦੇ ਵਿੱਚ उतਾਰੇਗੀ ਪਰ ਹੁਣ ਲੁਧਿਆਣਾ ਨੂੰ ਲੈ ਕੇ ਵੀ ਜੋ ਇਹ ਪੇਚ ਫਸਿਆ ਹੋਇਆ ਹੈ ਤਾਂ ਸੇ ਕਿ ਲੁਧਿਆਣਾ ਲੋਕ ਸਭਾ ਸੀਟ ਦੇ ਲਈ ਜੋ ਹੈ ਪਾਰਟੀ ਦੀ ਟਿਕਟ ਉਤੇ ਚੋਣ ਲੜਨ ਤੋਂ ਪਾਰਟੀ ਦੇ ਮੌਜੂਦਾ ਕਈ ਵਿਧਾਇਕਾਂ ਵੱਲੋਂ ਸਪਸ਼ਟ ਇਨਕਾਰ ਕੀਤੇ ਜਾਂਦੇ। ਪਾਰਟੀ ਵੱਲੋਂ ਮਜਬੂਰੀ ਵਜੋਂ ਲੁਧਿਆਣਾ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਜੋ ਹੈ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਇਸ ਦਾ ਰਸਮੀ ਐਲਾਨ ਵੀ ਹੋ ਜਾਵੇਗਾ। ਪਰ ਇਹ ਦੱਸਦੇ ਕਿ ਵਿਧਾਇਕ ਪੱਪੀ ਦੇ ਵੱਲੋਂ ਜੋ ਇਹ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਚੋਣ ਲੜਨ ਦੀ ਤਿਆਰੀ ਕਰਨ ਦਾ ਸ਼ੋਰ ਕਰ ਦਿੱਤਾ ਗਿਆ ਤੇ ਹੁਣ ਵਿਧਾਇਕ ਪੱਪੀ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੀ ਸੂਰਤ ਦੇ ਵਿੱਚ ਲੁਧਿਆਣਾ ਸੀਟ ਤੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਫਸਵਾ ਮੁਕਾਬਲਾ ਹੋਣ ਦੀ ਸੰਭਾਵਨਾਵਾਂ ਵੱਧ ਗਈ ਹੈ